kursi kaman har prit hai har naam teri ram raj kar se Yeah.
Let's go.
I'm
Thank you.
Thank you.
ਆਗਿਆ ਦੇ ਵਿੱਚ ਸਮਾਂ ਸਮਾਗਮ ਦਾ ਪੂਰਾ ਹੋ ਚੁੱਕਾ ਹੈ। ਸੋ ਸਾਧ ਸੰਗਤ ਦੀ ਚਰਨਾਂ 'ਚ ਜਿਹੜੀਆਂ ਦੋ ਬੇਨਤੀਆਂ ਕਰਨੀਆਂ ਨੇ ਉਹ ਅਸੀਂ ਹੁਣੇ ਕਰਕੇ ਫਿਰ ਸਮਾਪਤੀ ਕਰਾਂਗੇ ਜੀ। ਸ਼ਾਮ ਦੇ ਸਮਾਗਮ 5:30-6 ਤੱਕ ਸੋਧਰ ਰਾਜਸਵ ਜੀ ਦੇ ਪਾਠ ਹੋਣਗੇ। 6-9 ਗੁਰੂ ਪਿਆਰੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕਰਨਗੇ ਜੀ। ਕੱਲ੍ਹ ਸਵੇਰੇ ਸੋਲ ਦਿਵਸ ਦਾ ਸਮਾਗਮ 10 ਤੋਂ ਲੈ ਕੇ 2 ਤੱਕ ਆਰੰਭ। ਆਸਾ ਜੀ ਦੀ ਵਾਰ ਦੇ ਕੀਰਤਨ ਕੱਲ੍ਹ ਵੀ ਇਸੇ ਤਰ੍ਹਾਂ ਜਿਸ ਤਰ੍ਹਾਂ ਅੱਜ ਗੁਰੂ ਪਿਆਰਿਆਂ ਨੇ ਕੀਤੇ ਨੇ ਕੱਲ੍ਹ ਵੀ ਹੋਣਗੇ। ਆਪ ਸਾਰਿਆਂ ਨੇ ਸਮੇਂ ਸਿਰ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਸਵਾਸ ਸਫਲਾ ਕਰਨੇ ਜੀ। ਕੱਲ੍ਹ ਦੇ ਸਮਾਗਮ ਜਿਹੜੇ ਹਨ ਉਹ ਇਹਨਾਂ ਲੜੀਆਂ ਦੇ ਆਖਰੀ ਸਮਾਗਮ ਗੁਰੂ ਸਾਹਿਬ ਜੀ ਦੀ ਮਿਹਰ ਅੰਦਰ ਕਿਰਪਾ ਅੰਦਰ ਹੋਣਗੇ। ਸੋ ਆਪ ਸਾਰਿਆਂ ਨੇ ਵੱਧ ਚੜ੍ਹ ਕੇ ਹਿੱਸਾ ਪਾਉਣਾ ਜੀ। ਐਡਰੈਸ ਅਤੇ ਲੋਕੇਸ਼ਨ ਡਿਟੇਲ ਆਪ ਜੀ ਨਾਲ ਸਾਂਝ ਕਰ ਲਵਾਂਗਾ ਜੀ। ਇਹਨਾਂ ਬੇਨਤੀਆਂ ਦੇ ਨਾਲ ਦਾਸ ਜੀ ਦਾ ਜਾਜਕ ਫਤਿਹ ਦੀ ਸਾਂਝ ਕਰਕੇ ਚਰਨ ਧੂੜ ਬਖਸ਼ੋ। ਰਾਮਖਲੀ ਮਹੱਲਾ ਤੀਜਾ ਆਨੰਦ ਨਿਕੰਕਾਰ ਸਤਿਗੁਰ ਪ੍ਰਸਾਦ ਆਨੰਦ ਭਰਿਆ ਮੇਰੀ ਸਾਰੇ
Thank you.